संत हमारी Thank you.
ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਮਹਾਂਪੁਰਸ਼ਾਂ ਦੇ ਵਿਰਾਗ ਵਿੱਚ ਸ਼ਮੂਲੀਅਤ ਕਰਨ ਵਾਸਤੇ ਦੂਰ ਦਰਾਡਿਆਂ ਤੋਂ ਚੱਲ ਕਰਕੇ ਸਾਰੀ ਸੰਗਤ ਨੇ ਹਾਜ਼ਰੀਆਂ ਭਰੀਆਂ ਨੇ। ਬੇਅੰਤ ਰੱਬ ਰੰਗੀਆਂ ਰੂਹਾਂ ਜਿਹਨਾਂ ਨੇ ਆਪ ਜੀ ਨੂੰ ਸਤਿਗੁਰੂ ਜੀ ਦੇ ਦਰ ਘਰ ਦੀ ਸੋਭਾ ਬਾਰੇ ਸਰਵਣ ਕਰਵਾਇਆ ਹੈ, ਬੇਅੰਤ ਰੱਬ ਦੇ ਪਿਆਰਿਆਂ ਨੇ ਆਪ ਜੀ ਦੇ ਦਰਸ਼ਨ ਕਰਨੇ ਹਨ, ਮਹਾਂਪੁਰਸ਼ਾਂ ਦੀ ਯਾਦ ਵਿੱਚ ਆਏ ਆ। ਰੱਬ ਦੇ ਪਿਆਰੇ ਮਹਾਂਪੁਰਸ਼ ਜਿੰਨੇ ਤੁਸੀਂ ਇੱਥੇ ਮਹਾਂਪੁਰਸ਼ਾਂ ਨੂੰ ਪਿਆਰ ਕਰਨ ਵਾਲੇ ਬੈਠੇ ਹੋ, ਹਰ ਇੱਕ ਬੰਦੇ ਦੀ ਜ਼ਿੰਦਗੀ ਨਾਲ ਕੋਈ ਨਾ ਕੋਈ ਕਿੱਸਾ ਜੁੜਿਆ ਹੋਇਆ। ਜਦੋਂ ਸਰੀਰ ਵਿੱਚ ਇੱਥੇ ਮਹਾਂਪੁਰਸ਼ ਰਹਿੰਦੇ ਸੀ, ਮੈਂ ਵੀ ਬਹੁਤ ਵਾਰੀ ਦਰਸ਼ਨ ਕੀਤੇ ਨੇ ਬਾਬਾ ਜੀ ਦੇ। ਸਾਰੀ ਜ਼ਿੰਦਗੀ ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕੇ ਉਸ ਨਿਰੰਕਾਰ ਦੇ ਨਾਮ ਦਾ ਛਿੱਟਾ ਦਿੱਤਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਛਿੱਟਾ ਦਿੱਤਾ ਹੈ। ਤੇ ਸਤਸੰਗ ਜੀ, ਐਸੇ ਮਹਾਂਪੁਰਸ਼ਾਂ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ, ਤਿੰਨ ਧੰਨ ਜਣੇ ਦੀ ਮਾਓ ਆਏ ਸਤਿਗੁਰ। ਐਸੇ ਮਹਾਂਪੁਰਸ਼ਾਂ ਦਾ ਆਉਣਾ ਵੀ ਧੰਨ ਤੇ ਐਸੇ ਮਹਾਂਪੁਰਸ਼ਾਂ ਦਾ ਜਾਣਾ ਵੀ ਧੰਨ। ਜਿਹੜੇ ਬੰਦਗੀ ਕਰਦੇ ਨੇ, ਨਾਮ ਜਪਦੇ ਨੇ, ਭਗਤੀ ਕਰਦੇ ਨੇ, ਸਤਸੰਗ ਜੀ, ਇੱਕ ਬੰਦੇ ਨੂੰ ਮੌਤ ਆਵੇ, ਕੋਈ ਬੰਦਾ ਮਰਨ ਲੱਗਿਆ, ਸਾਡੇ ਵਰਗਿਆਂ ਨੂੰ ਮੌਤ ਆਏਗੀ, ਅਸੀਂ ਹਾਏ ਹਾਏ ਕਰਦੇ ਹਾਂ। ਜਦੋਂ ਰੱਬ ਦੇ ਪਿਆਰਿਆਂ ਨੂੰ ਮੌਤ ਆਉਂਦੀ, ਰੱਬ ਦੇ ਪਿਆਰੇ ਜਦੋਂ ਇਸ ਸੰਸਾਰ ਤੋਂ ਜਾਂਦੇ ਨੇ ਨਾ, ਬੜੀ ਵਾਰ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ, ਇੱਕ ਮਿੱਟੀ ਦਾ ਕੱਚਾ ਘੜਾ, ਮਿੱਟੀ ਦੇ ਘੜੇ ਵਿੱਚ ਪਾਣੀ ਪਾ ਲਓ, ਉਸ ਘੜੇ ਨੂੰ ਸਮੁੰਦਰ ਦੇ ਵਿੱਚ ਲਟਕਾ ਦਈਏ, ਘੜੇ ਨੂੰ ਜਦੋਂ ਸਮੁੰਦਰ ਦੇ ਵਿੱਚ ਲਟਕਾਵਾਂਗੇ, ਵੇਖਾਂਗੇ ਤਾਂ ਘੜੇ ਦੇ ਅੰਦਰ ਕੀ ਹੈ, ਪਾਣੀ, ਤੇ ਘੜੇ ਦੇ ਬਾਹਰ ਵੀ ਪਾਣੀ, ਵਿੱਚ ਇੱਕ ਪਿਰਤ ਹੈ, ਉਹ ਹੈ ਮਿੱਟੀ ਦੀ, ਘੜੇ ਦੀ। ਜੇ ਉਹ ਘੜਾ ਤੋੜ ਦਈਏ, ਜੇ ਘੜਾ ਟੁੱਟ ਜਾਏ, ਉਹ ਜਿਹੜਾ ਘੜੇ ਵਾਲਾ ਪਾਣੀ ਕਿੱਥੇ ਜਾਏਗਾ, ਸਮੁੰਦਰ ਚ। ਜਦੋਂ ਘੜੇ ਵਾਲਾ ਪਾਣੀ ਸਮੁੰਦਰ ਵਿੱਚ ਚਲਿਆ ਗਿਆ, ਉਹ ਪਾਣੀ ਫਿਰ ਘੜੇ ਵਾਲਾ ਨਹੀਂ ਵੱਜੇਗਾ, ਉਹ ਸਮੁੰਦਰ ਦਾ ਰੂਪ ਹੋ ਜਾਏਗਾ, ਉਹ ਸਮੁੰਦਰ ਵਾਲਾ ਪਾਣੀ ਵੱਜੇਗਾ। ਜਿਵੇਂ ਘੜੇ ਵਾਲੇ ਪਾਣੀ ਨੂੰ ਸਮੁੰਦਰ ਨੇ ਆਪਣੇ ਵਿੱਚ ਸਮਾ ਲਿਆ, ਜਦੋਂ ਰੱਬ ਦਾ ਪਿਆਰਾ ਮਹਾਂਪੁਰਸ਼ ਇਸ ਮਾਤਲੋਕ ਦੀ ਧਰਤੀ ਤੋਂ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ, ਨਿਰੰਕਾਰ ਆਪਣੇ ਪਿਆਰਿਆਂ ਨੂੰ ਆਪਣੇ ਵਿੱਚ ਆਏ ਸਮਾ ਲੈਂਦਾ। ਫਰਕ ਹੁੰਦਾ ਰੱਬ ਦੇ ਪਿਆਰਿਆਂ ਚ ਜਾਣ, ਕੈਸੀ ਬੰਦਗੀ ਉਹਨਾਂ ਦੀ, ਕੈਸਾ ਸਿਮਰਨ ਉਹਨਾਂ ਦਾ। ਸਤਸੰਗ ਜੀ, ਆ ਅੱਜ ਇੰਨੀਆਂ ਸੰਗਤਾਂ ਸਿਜਦੇ ਕਰਦੀਆਂ ਨੇ, ਬੜੀਆਂ ਬੇਅੰਤ ਰੰਗੀਆਂ ਰੂਹਾਂ ਜਿਹਨਾਂ ਨੂੰ ਮਹਾਂਪੁਰਸ਼ਾਂ ਨੇ ਸ਼ਬਦਾਂ ਦੇ ਅਭਿਆਸ ਕਰਾਏ ਨੇ, ਗੁਰਮੰਤਰ ਦਾ ਅਭਿਆਸ ਕਰਾਇਆ। ਤੇ ਸਤਸੰਗ ਜੀ, ਇਹ ਉਹ ਮਹਾਂਪੁਰਸ਼ਾਂ ਦੀ ਬੰਦਗੀ ਸੀ, ਇਹ ਮਹਾਂਪੁਰਸ਼ਾਂ ਦਾ ਪ੍ਰਤਾਪ ਸੀ, ਹਮੇਸ਼ਾ ਪੜ੍ਹੀ ਦਾ ਧਾਰਨਾ ਬੰਦਗੀ ਹੈ ਸਤਪੁਰਸ਼ਾਂ ਦੀ। ਆਮ ਬੰਦਾ ਬੋਲਦਾ, ਸਾਡੇ ਵਰਗੇ ਬੋਲਣ ਦੇ ਕੀ ਫਰਕ ਪੈਂਦਾ, ਕਿਸੇ ਕੋਈ ਕਿਸੇ ਨੂੰ ਬੋਲੀ ਜਾਏ, ਕੋਈ ਕਿਸੇ ਨੂੰ ਬਚਨ ਕਰੀ ਜਾਏ, ਪਰ ਜਦੋਂ ਕੋਈ ਬੰਦਗੀ ਵਾਲਾ, ਸਿਮਰਨ ਵਾਲਾ, ਭਜਨ ਵਾਲਾ ਹਿਰਦਾ ਬੋਲਦਾ ਹੈ ਸਤਸੰਗ ਜੀ, ਉਹ ਬਚਨ ਸਿੱਧੇ ਦਿਲ ਤੇ ਲੱਗਦੇ, ਜੀਵਨ ਬਦਲ ਜਾਂਦਾ ਹੈ। ਕਿਉਂ? ਰੱਬ ਦੇ ਪਿਆਰਿਆਂ ਦੀ ਬੰਦਗੀ ਬੋਲਦੀ, ਇਸੇ ਕਰਕੇ ਪੜ੍ਹੀ ਦਾ ਹੈ।
ਹੋਏਗਾ ਜਿੱਦਣ ਕੋਈ ਬੰਦਗੀ ਵਾਲੇ ਸਤਿਪੁਰਸ਼ ਦਾ ਮਿਲਾਪ ਹੋ ਜਾਏਗਾ ਫਿਰ ਸਾਧ ਸੰਗਤ ਜੀ ਹਮੇਸ਼ਾ ਪੜੀ ਰਹੇ ਰੱਬ ਦੇ ਪਿਆਰਿਆਂ ਨੇ ਮਿਲ ਕੇ ਰੱਬ ਦੇ ਪਿਆਰਿਆਂ ਨੇ ਸੰਗਤ ਦੇ ਕੇ ਇੱਕ ਬੰਦੇ ਜਿਹੜੇ ਸ਼ਰਾਬ ਪੀਂਦੇ ਨੇ ਸ਼ਰਾਬੀਆਂ ਨੇ ਸ਼ਰਾਬ ਪੀਣ ਲਾ ਦੇਣਾ ਚੋਰ ਜਿਹੜੇ ਨੇ ਚੋਰੀਆਂ ਕਰਨ ਲਾ ਦੇਣਗੇ ਠੱਗ ਨੇ ਜਿਹੜੇ ਠੱਗ ਬਣਾ ਲੈਣਗੇ ਜਿਹਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਹੋਗੀ ਰੱਬ ਦੇ ਪਿਆਰਿਆਂ ਨੇ ਆਪਣੇ ਵਰਗੇ ਬਣਾ ਲੈਣਾ ਇਸੇ ਕਰਕੇ ਪੜੀ ਦਾ ਇੱਕ ਰਮਤਾ ਕਾ ਜੋਗੀ दर्शन कराए सत्कारयोग बाबा अमरजीत सिंह जी बहुत प्रेम करते ने सारे ही फलवाड़ी महापुरशां दी सतगुरु जी ने कृपा की साढ़े अति सत्कारयोग महापुरश संत बाबा हरि सिंह जी रंधावे वाले महापुरश बहुत वड्डियां सेवावां बड़ी कृपा गुरु ग्रंथ साहिब महाराज बाबा दर्शन सिंह जी टक्की साहब वाले महापुरश बाबा जी हरि सिंह जी दे दावे वाले महापुरुष केड़ा सामने सूरज नूं दीवा विखाउण वाली गल होंदी पर ऐसे महापुरशां तों असीसां लै के बख्शिशां लै के इहनां नूं सुण सुण के फिर आप संगतां विच विचरीदा है धन गुरु ग्रंथ साहिब महाराज सच्चे पातशाह मेहर करन नथू माजरे वाले महापुरश बाबा दर्शन सिंह जी मुलेपुर टौड़े वाले जिन्नियां भी बेअंत रूहां पंज भैणियां वाले महापुरश बहुत प्यार वालियां मूर्तां आप जी नूं इहनां सारिआं निहाल करना है प्यार नाल आप जी ने इसे तरह सतगुरु गुरु ग्रंथ साहिब महाराज दे चरणां च सजण दा जतन करना है होईआं तमाम भुल्लां दी खिमा किरतन करदिआं कोलों बहुत गलतियां हो जाणियां सुभाव हुंदियां ने गुरु की संगत धन गुरु ग्रंथ साहिब महाराज रब दे प्यारे सतपुरश बख्श लैण कोई रसना वांझी ना रहे सारे गज भर के फतेह बुलाओ वाहेगुरु जी का खालसा वाहेगुरु जी की फतेह।